ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵਿੱਤ ਮੰਤਰੀ ਤੇ ਸ਼ਰਾਬ ਮੰਤਰੀ ਵੀ ਜਿਹਨਾਂ ਨੂੰ ਕਹਿ ਲਈਏ ਹਰਪਾਲ ਚੀਮਾ ਦੇ ਹਲਕੇ ਦੇ ਪਿੰਡ ਗੁਜਰਾ ਦੇ ਵਿੱਚ 8 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ ਇਹ ਮਾਮਲਾ ਸਾਹਮਣੇ ਆਏ ਨੂੰ 2 ਦਿਨ ਦੇ ਕਰੀਬ ਦਾ ਸਮਾਂ ਹੋ ਗਿਆ ਪਰ ਇਹ ਮਾਮਲਾ ਨਾ ਤਾਂ ਕਿਸੇ ਗੋਦੀ ਮੀਡੀਆ ਨੇ ਸਰਕਾਰੀ ਮੀਡੀਆ ਨੇ ਜਿਹੜਾ ਸਰਕਾਰ ਦੀ ਝੋਲੀ 'ਚ ਬੈਠਾ ਮੀਡੀਆ ਉਹਨੇ ਦਿਖਾਇਆ ਨਹੀਂ ਵੱਡਾ ਮਾਮਲਾ ਹੈ ਕਿ ਇਸੇ ਸਰਕਾਰ ਦੇ ਦੌਰਾਨ ਜਿਹੜੀ ਸਰਕਾਰ ਜਾਂ ਜਿਹੜੇ ਮੰਤਰੀ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਸ਼ਰਾਬ ਮਾਫੀਆ ਖਤਮ ਕਰ ਦਿੱਤਾ ਨਕਲੀ ਸ਼ਰਾਬ ਬਣਾਉਣ ਵਾਲਾ ਧੰਦਾ ਬੰਦ ਕਰ ਦਿੱਤਾ ਉਸੇ ਸਰਕਾਰ ਦੇ ਰਾਜ ਦੇ ਵਿੱਚ 8 ਲੋਕਾਂ ਦੀ ਨਕਲੀ ਸ਼ਰਾਬ ਪੀਣ ਨਾਲ ਮੌਤ ਹੋ ਜਾਂਦੀ ਹੈ ਪਰ ਸਰਕਾਰ ਹਾਲੇ ਤੱਕ ਚੁੱਪ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿੱਕੀ ਨਿੱਕੀ ਗੱਲ ਤੇ ਕਦੇ ਕਿਸੇ ਲੀਡਰ ਦੀ ਫੋਟੋ ਪਾ ਕੇ ਉਹ ਟੀਚਰ ਕਰ ਦਿੱਤੀ ਕਦੇ ਕਿਸੇ ਦੀ ਗੱਲ ਕਰਕੇ ਉਹ ਟੀਚਰ ਕਰ ਦਿੱਤੀ ਕਦੇ ਪਿੱਛੇ ਚੱਕ ਦੇ ਗਾਣਾ ਲਾ ਕੇ ਚੱਕਵੇਂ ਜੇ ਗਾਣੇ ਲਾ ਕੇ ਰੀਲਾ ਪਾਉਂਦੀਆਂ ਪਰ ਪੰਜਾਬ ਦੇ 8 ਬਸ਼ੰਦੇ ਨਕਲੀ ਸ਼ਰਾਬ ਪੀਣ ਨਾਲ ਮਰ ਗਏ ਨੇ ਉਹਨਾਂ ਦੇ ਉੱਤੇ ਮੁੱਖ ਮੰਤਰੀ ਦਾ ਹਾਲੇ ਤੱਕ ਕੋਈ ਟਵੀਟ ਨਹੀਂ ਆਇਆ ਕੋਈ ਪੋਸਟ ਨਹੀਂ ਆਈ ਇਹ ਸਰਕਾਰ ਕਿਤੇ ਨਾ ਕਿਤੇ ਇਹ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਕਿ ਵੋਟਾਂ ਦਾ ਸਮਾਂ ਚਰਚਾ ਦਾ ਵਿਸ਼ਾ ਨਾ ਬਣੇ ਪਰ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਾਣਾ ਜ਼ਰੂਰੀ ਹੈ ਕਿਉਂਕਿ ਇਹ ਮਾਮਲੇ ਦੀ ਜਾਂਚ ਹੋਣੀ ਜ਼ਰੂਰੀ ਹੈ ਕਿ ਇਹ ਸ਼ਰਾਬ ਕਿੱਥੋਂ ਆਈ ਕਿਵੇਂ ਆਈ ਕਿਹਨੇ ਲਿਆਂਦੀ ਕਿਤੇ ਇਹ ਸ਼ਰਾਬ ਵੋਟਾਂ 'ਚ ਤਾਂ ਨਹੀਂ ਵਰਤੀ ਜਾ ਰਹੀ ਸੀ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਤੇ ਸਖਤੀ ਨਾਲ ਨੋਟਸ ਲੈਣਦੇ ਆ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਜਿਹੜੀ ਸਰਕਾਰ ਮਾਫੀਏ ਦੇ ਉੱਤੇ ਲਗਾਤਾਰ ਵੱਡੀਆਂ-ਵੱਡੀਆਂ ਪੋਸਟਾਂ ਪਾ ਕੇ ਦੂਜੀਆਂ ਪੁਰਾਣੇ ਸਮੇਂ ਦੇ ਵਿੱਚ ਦੂਜੀਆਂ ਸਰਕਾਰਾਂ ਨੂੰ ਘੇਰਦੀ ਰਹੀ ਆ ਅੱਜ ਉਹ ਕਿੱਥੇ ਐ ਪੁਰਾਣਾ ਇੱਕ ਟਵੀਟ ਹੈ ਅਰਵਿੰਦ ਕੇਜਰੀਵਾਲ ਦਾ 2020 ਦਾ ਕਿ ਜਦੋਂ ਇੱਕ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਨਗਲੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਹੋਈ ਇਸ ਤੋਂ ਉਹਨਾਂ ਨੇ ਕਿਹਾ ਸੀ ਕਿ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਹੁਣ ਇਸ ਮਾਮਲੇ ਦੀ ਕਿਹੜੀ ਏਜੰਸੀ ਤੋਂ ਜਾਂਚ ਕਰਾਈ ਜਾਵੇ ਇਹ ਅਰਵਿੰਦ ਕੇਜਰੀਵਾਲ ਜੀ ਟਵੀਟ ਕਰਕੇ ਦੱਸ ਦੇਣ ਹੁਣ ਪੰਜਾਬ ਵਿੱਚ ਸਰਕਾਰ ਉਹਨਾਂ ਦੀ ਪਾਰਟੀ ਦੀ ਹੈ ਤੇ ਉਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਦੇ ਉਹ ਇਸ ਵਕਤ ਮੁੱਖ ਮੰਤਰੀ ਨੇ ਭਗਵਾਨ ਸਿੰਘ ਮਾਨ ਤਾਂ ਹੁਣ ਇੱਥੇ ਅਰਵਿੰਦ ਕੇਜਰੀਵਾਲ ਦੱਸਣ ਕਿ ਇਸ ਮਾਮਲੇ ਦੀ ਜਾਂਚ ਕਿਸ ਤੋਂ ਕਰਵਾਉਣੀ ਹੈ ਪੰਜਾਬ ਦੇ মিডিਆ ਨੂੰ ਤਾਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਦੰਦਲ ਪਈ ਹੋਈ ਹੈ ਉਹ ਸਰਕਾਰ ਦੀਆਂ ਖਬਰਾਂ ਸਰਕਾਰ ਦੇ ਇਸ਼ਤਿਹਾਰ ਚਲਾਉਣ 'ਚ ਬਿਜੀ ਨੇ ਪਰ ਜਿਹੜੇ ਅਸਲ ਮੁੱਦੇ ਨੇ ਉਹ ਸਰਕਾਰ ਅੱਖੋਂ ਪਰੋਖੇ ਕੀਤੇ ਜਾ ਰਹੇ ਨੇ 8 ਲੋਕਾਂ ਦੀ ਮੌਤ ਹੋ ਜਾਣੀ ਤੇ ਮੁੱਖ ਮੰਤਰੀ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਰੱਖਣ ਰਹਿਣਾ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਹਾਲੇ ਤੱਕ ਮੁੱਖ ਮੰਤਰੀ ਵੱਲੋਂ ਕੋਈ ਸਖਤ ਆਦੇਸ਼ ਦੀ ਕੋਈ ਗੱਲ ਨਹੀਂ ਆਈ ਇੱਕ ਕਿਸਾਨਾਂ ਨੇ ਖੇਤ ਦੇ ਵਿੱਚ ਅੱਗ ਲਵਾ ਦਿੱਤੀ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਫਟਾਫਟ ਕਹਿ ਦਿੱਤਾ ਸੀ ਕਿ ਪਰਚਾ ਹੋਣ ਜਾ ਰਿਹਾ ਤੇ ਪਰਚਾ ਹੋ ਗਿਆ ਸੀ ਪਰ ਹੁਣ ਇਹਨਾਂ ਤੇ ਪਰਚਾ ਕੌਣ ਕਰੇਗਾ ਇਹ ਸਵਾਲ ਬਰਕਰਾਰ ਹੈ ਪੋਸਟ ਦੇ ਸਾਰਾ ਮਾਮਲਾ ਮਾਨਕ ਗੋਇਲ ਨੇ ਟਵੀਟ ਕੀਤਾ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਕੀ ਅਸਲ ਸਚਾਈ ਹੈ ਤੇ ਕੀ ਕੀ ਇਹਦੇ ਵਿੱਚ ਖਾਸੇ ਜ਼ਾਹਰ ਕੀਤੇ ਜਾ ਰਹੇ ਨੇ ਸਰਦਨ ਮਾਨਕੋਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਹਾਂ ਗੋਇਲ ਸਾਹਿਬ ਤੁਸੀਂ ਇੱਕ ਪੋਸਟ ਪਾਈ ਹੈ ਕਿ ਦਿੜਬਾ ਹਲਕੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਸ਼ਰਾਬ ਪੀਣ ਦੇ ਨਾਲ ਇਹ ਕੀ ਮਾਮਲਾ ਜੀ ਸਾਰਾ ਜਾਣਕਾਰੀ ਦਿਓ ਦੇਖੋ ਜੀ ਡੜਬੇ ਦਾ ਪਿੰਡਾ ਗੁਜਰਾ ਉੱਥੇ ਇਹੀ ਇਹ ਖਬਰ ਆਈਏ ਕਿ ਉੱਥੇ ਕਰੀਬ ਸਵੇਰੇ ਖਬਰ ਸੀ ਕਿ ਕਰੀਬ 6 ਲੋਕਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋ ਗਈ ਹੈ ਸਾਡੇ ਲਿਖਦੇ ਲਿਖਦੇ ਪਤਾ ਲੱਗਿਆ ਕਿ ਹੁਣ ਦੋ ਹੋਰ ਮਰ ਗਏ ਨੇ ਤੇ ਹਜੇ ਵੀ ਜਿਹੜੀ ਗੱਲ ਹੈਗੀ ਆ ਸੂਤਰਾਂ ਵੱਲੋਂ ਦੱਸੀ ਜਾ ਰਹੀ ਹੈ ਕਿ ਕਾਫੀ ਲੋਕ ਬਿਮਾਰ ਨੇ ਇਹ ਸ਼ਰਾਬ ਜਿਹੜੀ ਹੈਗੀ ਹੈ ਸ਼ਰਾਬ ਮੰਤਰੀ ਹਰਪਾਲ ਚੀਮਾ ਦੇ ਹਲਕੇ ਡਿੜਬਾ ਵਿੱਚ ਵਿਕੀ ਤੇ ਉੱਥੋਂ ਦੇ ਲੋਕੀ ਜਿਹੜੇ ਹੈਗੇ ਮਰੇ ਆ ਤੇ ਮੈਂ ਹੈਰਾਨ ਹੈ ਕਿ 20 ਘੰਟੇ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ ਨਾ ਆਪ ਮੁੱਖ ਮੰਤਰੀ ਭਗਵੰਤ ਮਾਨ ਤੇ ਨਾ ਹੀ ਜਿਹੜੇ ਸ਼ਰਾਬ ਮੰਤਰੀ ਜਿਹੜੇ ਚੀਮਾ ਜੀ ਨੇ ਉਹਨਾਂ ਦਾ ਕੋਈ ਬਿਆਨ ਆਇਆ ਹੈਗਾ ਪਰ ਜਦੋਂ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਸੀ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਹਰ ਇੱਕ ਇਸ ਮੁੱਦੇ ਤੇ ਬੋਲਦੇ ਸੀ ਹੁਣ ਕਿਉਂ ਚੁੱਪ ਨੇ ਕੀ ਲੱਗ ਕੀ ਰਿਹਾ ਜਿਹੜੀ ਇਹ ਸ਼ਰਾਬ ਜਿਹੜੀ ਤੁਸੀਂ ਕਹੇ ਵੀ ਸ਼ਰਾਬ ਮੰਤਰੀ ਨੇ ਹਰਪਾਲ ਚੀਮਾ ਜੀ ਕੀ ਜਿਵੇਂ ਉਹ ਪਹਿਲਾਂ ਆਪ ਤੁਸੀਂ ਕਹੇ ਬੋਲਦੇ ਰਹੇ ਨਹੀਂ ਨਾਲ ਉਹਨਾਂ ਨੇ ਕਿਹਾ ਕਿ ਇੱਕ ਪੋਸਟ ਹੈ ਕਿ ਨਕਲੀ ਸ਼ਰਾਬ ਪੰਜਾਬ ਦੇ ਵਿੱਚੋਂ ਜਿਹੜੀ ਆ ਬਿਲਕੁਲ ਖਤਮ ਹੋ ਗਈ ਹੈ ਤੇ ਫਿਰ ਇਹ ਕਿੱਥੋਂ ਆਈ ਹੋਈ ਨਹੀਂ ਚੀਮਾ ਜੀ ਕਿੰਨੀ ਵਾਰ ਪਿਆਣੇ ਤਾਂ ਚੀਮਾ ਜੀ ਨੇ ਕਿਹਾ ਅਸੀਂ ਸ਼ਰਾਬ ਜਿਹੜਾ ਪੰਜਾਬ ਚ ਸ਼ਰਾਬ ਮਾਫੀਆ ਮੁਕਾ ਖਤਮ ਕਰ ਦਿੱਤਾ ਹੈ ਇਹ ਸ਼ਰਾਬ ਮਾਫੀਆ ਤੁਸੀਂ ਖਤਮ ਕਰ ਦਿੱਤਾ ਤੁਸੀਂ ਨਕਲੀ ਸ਼ਰਾਬ ਖਤਮ ਕਰ ਦਿੱਤੀ ਹੈ ਤੁਹਾਡੇ ਜਿਹੜੇ ਪੰਜਾਬ ਦੇ ਵਿੱਚ ਕ੍ਰਾਈਮ ਖਤਮ ਹੋ ਗਿਆ ਤੇ ਫਿਰ ਇਹ ਸ਼ਰਾਬ ਕਿੱਥੋਂ ਆਈ ਉਹ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ ਇਹ ਸ਼ਰਾਬ ਵੇਚ ਰਹੇ ਸੀ ਅਸੀਂ ਕਿੰਨੀ ਵਾਰ ਉਹਨਾਂ ਦੀ ਸ਼ਿਕਾਇਤ ਕੀਤੀ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜਿਹੜਾ ਉੱਥੇ ਸ਼ਰਾਬ ਮਾਫੀਆ ਜਿਹੜਾ ਵੇਚਦਾ ਸੀਗਾ ਵੀ ਅਸੀਂ ਉਹਨਾਂ ਬਾਰੇ ਕਿੰਨੀ ਵਾਰ ਸ਼ਿਕਾਇਤ ਕੀਤੀ ਪਰ ਉੱਥੇ ਕਾਰਵਾਈ ਨਹੀਂ ਹੋਈ ਜੀਮਾ ਜੀ ਦੇ ਹਲਕੇ ਵਿੱਚ ਜੀਮਾ ਜੀ ਨੂੰ ਕਲੀਅਰ ਕਰਨਾ ਚਾਹੀਦਾ ਇਹ ਹਲਕੇ ਦੇ ਵਿੱਚ ਕਾਰਵਾਈ ਕੀ ਇਹ ਜਿਹੜੇ ਬੰਦੇ ਨੇ ਕਿ ਕਿ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦੇ ਅੰਡਰ ਚੱਲਦੇ ਸੀ ਜਾਂ ਜਿੱਦਾਂ ਹੁਣ ਤੁਸੀਂ ਦੇਖੋ ਕਿ ਹੁਣ ਪੰਜਾਬ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਤੇ ਉਹਦੇ ਵਿੱਚ ਹੁਣ ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਕਿ ਇਹ ਜਾਂਚ ਕਰਨ ਕਿ ਜਿਹੜੀ ਸ਼ਰਾਬ ਹੈ ਕਿਤੇ ਇਹ ਵੋਟਾਂ ਲਈ ਸ਼ਰਾਬ ਤਾਂ ਨਹੀਂ ਸੀ ਜਿਹੜੀ ਇੰਨੀ ਮਤਲਬ ਇੰਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਲੋਕ ਮਰ ਗਏ ਅੱਠ ਮਰ ਗਏ ਤੇ ਹਜੇ ਕਹਿ ਰਹੇ ਆ ਕਿ ਅਨਕਨਫਰਮਡ ਗੱਲਾਂ ਨੇ ਕਿ ਹੋਰ ਵੀ ਹਜੇ ਅੱਗੇ ਵੱਧ ਸਕਦਾ ਟੋਲ ਡੈਕ ਟੂਲ ਤੇ ਇਹ ਤੇ ਹੁਣ ਮਤਲਬ ਆਪ ਵਾਲਿਆਂ ਨੂੰ ਚਾਹੀਦਾ ਕਿ ਜਵਾਬ ਦੇਣ ਤੇ ਹੁਣ ਅੱਗੇ ਆ ਕੇ ਕਿ ਸਿਰਫ ਰਾਜਨੀਤੀ ਕਰਨੀ ਹੁੰਦੀ ਸੀ ਜਦੋਂ ਜਿਹੜੀ ਹੈਗੇ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਨਹੀਂ ਹੁੰਦੀ ਸੀ ਇਹ ਜਦੋਂ ਆਪ ਸਰਕਾਰ ਨੇ ਜਿਵੇਂ ਤੁਸੀਂ ਕਿਹਾ ਉਹਦੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੀਬੀਆਈ ਤੱਕ ਜਾਂਚ ਹੋਣੀ ਚਾਹੀਦੀ ਹੈ ਦੂਜੀਆਂ ਵੱਡੀਆਂ ਏਜੰਸੀਆਂ ਤੋਂ ਜਾਂਚ ਹੋਣੀ ਚਾਹੀਦੀ ਹੈ ਤੇ ਕੀ ਹੁਣ ਇਹ ਮਾਮਲੇ ਦੀ ਜਾਂਚ ਮੰਗਣਗੇ ਅਰਵਿੰਦ ਕੇਜਰੀਵਾਲ ਜਨ ਭਗਵੰਤ ਮੰਨ ਕੇ ਕਿਸੇ ਸੁਤੰਤਰ ਏਜੰਸੀ ਤੋਂ ਇਹਦੀ ਜਾਂਚ ਹੋਵੇ ਦੇਖੋ 2020 ਦਾ ਟਵੀਟ ਅਰਵਿੰਦ ਕੇਜਰੀਵਾਲ ਦਾ ਕਿ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਕੁਝ ਮੌਤਾਂ ਹੋਈਆਂ ਨੇ ਤੇ ਉਹਦੀ ਜਾਂਚ ਸੀਬੀਆਈ ਕਰੇ ਜੀ ਕਿ ਪੰਜਾਬ ਸਰਕਾਰ ਤੇ ਕੁਛ ਕਰਦੀ ਨਹੀਂ ਪਰ ਹਰਵਿੰਦ ਕੇ ਜਿਹੜੀ ਵਾਲ ਹੁਣ ਇੰਨਾ ਟਾਈਮ ਟੱਪਣ ਦੇ ਬਾਅਦ ਚੁੱਪ ਕਿਉਂ ਨੇ ਉਹਨਾਂ ਨੂੰ ਉਦੋਂ ਪੰਜਾਬ ਦੇਖਦਾ ਸੀ ਹੁਣ ਪੰਜਾਬ ਕਿਉਂ ਨਹੀਂ ਦੇਖਦਾ ਹੁਣ ਤੇ ਪੰਜਾਬ ਮੁੱਖ ਮੰਤਰੀ ਸਾਹਿਬ ਨੂੰ ਵੀ ਨਹੀਂ ਦਿਖ ਰਿਹਾ ਪੰਜਾਬ ਦੇ ਨੂੰ ਤੇ ਜਿਹੜੇ ਵਿਸ਼ਰਾਮ ਮੰਤਰੀ ਨੇ ਹਰਪਾਲ ਸਿੰਘ ਜੀ ਮੋਹਨ ਨੂੰ ਵੀ ਨਹੀਂ ਦਿਖ ਰਿਹਾ ਕਿਉਂਕਿ ਉਹਨਾਂ ਦਾ ਤਾਂ ਆਬਦਾ ਹਲਕਾ ਢੜਪਾ ਜਿੱਥੇ ਇਹ ਮੋਤਾਂ ਹੋਈਆਂ ਨੇ ਇਹ ਸਿਰਫ ਇਹ ਹੈ ਤੁਹਾਨੂੰ ਸਾਫ ਪਤਾ ਲੱਗਦਾ ਕਿ ਇਹ ਬੰਦੇ ਸੋਹਰਦ ਨਹੀਂ ਹੈਗੇ ਸਿਰਫ ਰਾਜਨੀਤੀ ਕਰਨੀ ਹੁੰਦੀ ਹੈ ਜਦੋਂ ਕੋਈ ਹੋਰ ਸਰਕਾਰ ਹੁੰਦੀ ਹੈ ਹੁਣ ਆਪਦੇ ਵੇਲੇ ਦੱਸਣ ਇਹ ਕਿਉਂ ਕਿਉਂ ਨਹੀਂ ਤੁਸੀਂ ਕਾਰਵਾਈ ਕੀਤੀ ਲੋਕ ਕਹਿੰਦੇ ਵੀ ਅਸੀਂ ਕਿੰਨੀ ਵਾਰ ਕੰਪਲੇਟ ਕੀਤੀ ਇਹਨਾਂ ਦੀ ਜਿਹੜੀ ਸ਼ਰਾਬ ਮਾਫੀਆ ਦੀ ਹੈ ਤੇ ਕਾਰਵਾਈ ਨਹੀਂ ਹੋਈ ਚਿਮਾ ਜੀ ਦੇ ਹਲਕੇ ਵਿੱਚ ਕਿਉਂ ਨਹੀਂ ਹੋਈ ਚਿਮਾ ਜੀ ਦੱਸਣ ਤੇ ਜਿਹੜੇ ਇਹ ਲੋਕ ਨੇ ਜਿਹਨੇ 8 8 ਮੌਤਾਂ ਕੋਈ ਛੋਟੀ ਗੱਲ ਥੋੜੀ ਹੁੰਦੀ ਇਹਨੇ ਲੋਕ ਬਿਮਾਰ ਪਏ ਨੇਗੇ ਕੋਈ ਜੇ ਰਜਿੰਦਰਾ ਹਸਪਤਾਲ ਦੇ ਚਾ ਕੇ ਮਰੀ ਜਾਂਦਾ ਕੋਈ ਕਿਵੇਂ ਹੋਈ ਜਾਂਦਾ ਤੁਹਾਡੇ ਕੋਲੇ ਨਾ ਹਸਪਤਾਲਾਂ ਦੇ ਵਿੱਚ ਕੋਈ ਇਲਾਜ ਚੰਗਾ ਹੈਗਾ ਤੇ ਨਾ ਤੁਹਾਡੇ ਕੋਲੇ ਜਿਹੜਾ ਸਿਸਟਮ ਚੰਗਾ ਹੈਗਾ ਸ਼ਰਾਬ ਕਿਉਂ ਵਿਕ ਰਹੀ ਹੈ ਇਹ ਜਾਂ ਜਾਲੀ ਸ਼ਰਾਬ ਕਿਉਂ ਵਿਕ ਰਹੀ ਹੈ ਜਿਹੜੀ ਰੀਲੀ ਸ਼ਰਾਬ ਕਿਉਂ ਵਿਕ ਰਹੀ ਹੈ ਜੇ ਤੁਹਾਡੇ ਕੋਲੇ ਸਾਰਾ ਕੁਝ ਠੀਕ ਹੈਗਾ ਇਹ ਇਹ ਆਪਣਾ ਮਹਿੰਦਰ ਜੀ ਸਾਰਾ ਕੁਝ ਇਹ ਰਲ ਮਿਲ ਕੇ ਮਾਫੀਆ ਚਲਾਉਂਦੇ ਪਏ ਆ ਤੇ ਇਹ ਸਾਰੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿਣਾ ਵੀ ਇਹਦੀ ਜਿਹੜੀ ਹੈਗੇ ਸੁਤੰਤਰ ਜਾਂਚ ਹੋਣੀ ਚਾਹੀਦੀ ਵੀ ਸ਼ਰਾਬ ਕਿੱਥੋਂ ਆਈ ਕਿੰਨੀ ਆਈ ਕਿੰਨੀ ਅਮਾਊਂਟ ਦੇ ਵਿੱਚ ਆਈ ਤੇ ਕਿਹੜੇ ਬੰਦੇ ਦੇ ਕਰਕੇ ਆਈ ਕਿਹੜੇ ਬੰਦੇ ਦੇ ਕਰਕੇ ਜਿਹੜੀ ਇਹ ਸ਼ਰਾਬ ਵਕੀ ਹੈ ਜਾਂ ਵੰਡੀ ਗਈ ਹੈ ਤੇ ਇਹ ਸਾਰੀ ਜਾਂਚ ਹੋਣੀ ਚਾਹੀਦੀ ਹੈ ਅੱਛਾ ਇੱਕ ਗੱਲ ਦੱਸਿਓ ਇਹਦੀ ਖਬਰ ਤੁਸੀਂ ਦੇਖੀ ਕੋਈ ਚਰਚਾ ਦੇ ਵਿੱਚ ਆਈ ਹੋਵੇ ਜਾਂ ਮੀਡੀਆ ਜੋ ਮੀਡੀਆ ਸਰਕਾਰ ਦੀਆਂ ਮਤਲਬ ਜੇ ਕਹਿ ਲਈਏ ਕਿ ਛੋਟੀ ਜੀ ਗੱਲ ਨੂੰ ਵੀ ਭੱਟੀ ਕਰਕੇ ਦਿਖਾਉਂਦਾ ਸਰਕਾਰ ਦੀਆਂ ਖੂਬੀਆਂ ਨੂੰ ਦਿਖਾਉਂਦਾ ਹੈ ਸਰਕਾਰ ਦੇ ਕੰਮਾਂ ਨੂੰ ਦਿਖਾਉਂਦਾ ਉਹਨੇ ਇਹ ਦਿਖਾਇਆ ਵੀ ਇੱਕ ਕੰਮ ਆ ਵੀ ਵਾਪਰਿਆ ਸਰਕਾਰ ਦੇ ਦੌਰਾਨ ਮਨਿੰਦਰ ਜੀ ਅਖਬਾਰਾਂ 'ਚ ਲੱਗੀ ਹੋਈ ਹੈ ਖਬਰ ਲੋਕਲ ਅਖਬਾਰਾਂ 'ਚ ਇਹ ਕੇ ਜੀ ਉਹ ਵੀ মিডিਆ ਜਿਹੜਾ ਇਲੈਕਟ੍ਰੋਨਿਕ মিডিਆ ਜਿਹੜਾ ਸਰਕਾਰੀ মিডিਆ ਬਣਿਆ ਹੋਇਆ ਉਹ ਸਵੇਰੇ ਚੱਕ ਕੇ ਅਖਬਾਰ ਪੜ੍ਹ ਕੇ ਵਿੱਚੋਂ ਖਬਰਾਂ ਸੁਣਾਉਣ ਲੱਗ ਜਾਂਦਾ ਹੈਗਾ ਬੋਲਣ ਲੱਗ ਜਾਂਦਾ ਹੈਗਾ ਤੇ ਜਾਂ ਉਹ ਤੇ ਬਿਆਨ ਲੈਣ ਲੱਗ ਜਾਂਦਾ ਹੈ ਕੱਲ ਦਾ ਇਹ ਕੱਲ ਦੀ ਇਹ ਖਬਰ ਚੱਲੀ ਹੈ ਕੋਈ মিডিਆ ਦੇ ਵਿੱਚ ਇਲੈਕਟ੍ਰੋਨਿਕ মিডিਆ ਦੇ ਵਿੱਚ ਖਾਸ ਮੈਂ ਇਹ ਖਬਰ ਨਹੀਂ ਦੇਖੀ ਕੋਈ ਜਿਹੜੇ ਚੈਨਲ ਆਹਾ ਆਪਦੇ ਆਪ ਨੂੰ ਬੜੇ ਇਨਕਲਾਬੀ ਕਹਿੰਦੇ ਨੇ ਇਹਨਾਂ ਤੇ ਮੈਂ ਖਬਰ ਨਹੀਂ ਦੇਖੀ ਜਿਹੜੇ ਫਾਰਮਰਸ ਮੂਵਮੈਂਟ ਵਲੇ ਖੜੇ ਹੋਇਆ ਜਾਂ ਉਹਨਾਂ ਟਾਈਮਾਂ ਦੇ ਵਿੱਚ ਆਪਦੇ ਆਪ ਨੂੰ ਬੜਾ ਘੈਂਟ ਕਹਿੰਦੇ ਸੀ ਇਹ ਸਿਰਫ ਸਰਕਾਰ ਦੀ ਐਡ ਲਾਈਨ ਦੇ ਖਾਤਰ ਚੁੱਪਣੇ ਤੁਸੀਂ ਦੇਖੋ ਕਿ ਕੱਲ ਜਦੋਂ ਮੂਸੇ ਵਾਲੇ ਦੇ ਮਸਲੇ ਤੇ ਪਹਿਲਾਂ ਬੱਚੇ ਦੀ ਬੱਚੇ ਦੀ ਕਵਰੇਜ ਕਰੀਗੇ ਡਾਲਰ ਕਮਾਉਣ ਦੇ ਮਸਲੇ ਜਦੋਂ ਉਹਨਾਂ ਨੇ ਦੱਸਿਆ ਕਿ ਸਾਨੂੰ ਪ੍ਰੋਬਲਮ ਹੈ ਉਹ ਵੀਡੀਓ ਡਿਲੀਟ ਕਰ ਦਿੱਤੀ ਸਰਕਾਰ ਦੇ ਇਸ਼ਾਰੇ ਤੇ ਇਹ ਸਿਰਫ ਸਰਕਾਰ ਦੇ ਸ਼ਰਤੇ ਚੱਲਣ ਵਾਲਾ ਮੀਡੀਆ ਰਹਿ ਗਿਆ ਹੈਗਾ ਮੈਂ ਤਾਂ ਇਹ ਸਮਝਦੇ ਹਾਂ ਕਿ ਜਦੋਂ ਕੋਈ ਟਾਈਮ ਆਊਗਾ ਜਦੋਂ ਕੋਈ ਮੌਕਾ ਆਊਗਾ ਇਹ ਸਾਰੀ ਜਾਂਚ ਹੋਣੀ ਚਾਹੀਦੀ ਹੈ ਵੀ ਕਿੰਨਾ ਜਿਹੜਾ ਪੈਸਾ ਹੈ ਮੀਡੀਆ ਨੂੰ ਤਰੀਕੇ ਨਾਲ ਇਸ ਤਰੀਕੇ ਨਾਲ ਦਿੱਤਾ ਗਿਆ ਜਾਂ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਕੰਟਰੋਲ ਕੀਤਾ ਸਾਰੀ ਜਾਂਚ ਵੀ ਹੋਣੀ ਚਾਹੀਦੀ ਤੇ ਉਸ ਤੋਂ ਬਾਅਦ ਇਹਨਾਂ ਤੇ ਐਕਸ਼ਨ ਵੀ ਲਿਆ ਜਾਵੇ ਜੀ ਬਹੁਤ ਬਹੁਤ ਧੰਨਵਾਦ ਗੋਲ ਸਾ